ਜਾਗਰਾ ਪੁੱਤ ਨਿੰਬੂ ਪਾਣੀ ਲਿਆ ਦੇ, ਕੋਈ ਦੂਜੀ ਦਵਾਈ ਬੂਟੀ ਦਾ ਇੰਤਜ਼ਾਮ ਕਰ ਦੇ, ਮੈਂ ਬਾਲਾ ਢਿੱਲਾ ਸਰੀਰ। ਸੁਣ ਲਿਆ ਆ ਕੇ ਮੂੰਹ ਪਨਾਈ ਫਿਰਦੇ ਹੋ, ਰਗੜਾਂ ਲਵਾਈ ਫਿਰਦੇ ਹੋ, ਕੀ ਹੋ ਗਿਆ? ਦੀਦਾ ਜੀ ਅਖੇ ਆ ਕੀ ਹੋ ਗਿਆ? ਆ ਤੇਰਾ ਨਿਤ ਨਿਤ ਦਾ ਕਲੇਸ਼ ਸਾਨੂੰ ਲੈ ਬੈਠੂ, ਚੱਲ ਨਹੀਂ ਜਾਣਾ, ਚੱਲ ਅੰਦਰ ਚੱਲੀਏ। ਉੱਥੇ ਨੇ ਜਵਾਕਾਂ ਦੇ ਦਿਮਾਗ ਨੂੰ ਕੀ ਹੋਇਆ, ਅਵਾ ਤਵਾ ਹੀ ਬੋਲੀ ਜਾਂਦੇ ਨੇ। ਮੈਂ ਤਾਂ ਕੰਮ ਕਰ ਕਰ ਅੱਕੀ ਪਈ ਆ, ਬੁੜੀ ਆਪ ਤਾਂ ਮਰ ਗਈ, ਸਿਆਪਾ ਸਾਡੇ ਗਲੇ ਮੜ ਗਈ। ਆ ਦਿਆ ਜਾ ਕੇ ਆਪਣੇ ਬੁੜੇ ਨੂੰ, ਲੋਕਾਂ ਦੇ ਬੁੜੇ ਮਰਦੇ ਆ, ਤੁਹਾਡਾ ਬੁੜਾ ਨਹੀਂ ਮਰਦਾ। ਇਦਾਂ ਨਹੀਂ ਕੀ ਹੁੰਦਾ, ਸੇਵਾ ਕਰੀ ਦਿੰਦੇ ਆ ਬਜ਼ੁਰਗਾਂ ਦੀ। ਕਰਦੀ ਦਾ ਸੇਵਾ, ਆ ਹੋਰ ਕੀ ਕਰਦੀ ਆ? ਸੇਵਾ ਸੁਵਾ ਰਹਿ ਗਈ ਸਾਈਡ ਤੇ, ਪਹਿਲਾਂ ਮੇਰੀ ਸੁਣ ਲਓ ਗੱਲ, ਕਾਗਜ਼ਾਂ ਤੇ ਗੁੱਠਾ ਲਵਾ ਲਓ ਬੁੜੇ ਦਾ। ਕੋਸ਼ਿਸ਼ ਕਰਤਾ ਰਿਹਾ ਨਾ ਹੁਣ, ਮੈਨੂੰ ਨਹੀਂ ਪਤਾ, ਜਿੱਦਾਂ ਮਰਜ਼ੀ ਕਰੋ ਗੁੱਠਾ ਲਵਾਓ। ਉਹ ਦੇਖੀ ਬਾਈ, ਓਹੋ ਯਾਰ ਮੈਂ ਭੁੱਲ ਗਿਆ, ਸੋਰੀ ਯਾਰ ਭਰਾ, ਗਲਤੀ ਹੋ ਗਈ। ਪਾਪਾ ਪਾਪਾ ਗੋਲੀ ਵਾਲਾ ਪੱਤਾ ਪੀਣਾ। ਪੁੱਤ 2 ਮਿੰਟ ਮੈਂ ਗੱਲ ਕਰ ਲਵਾਂ, ਮੈਂ ਤੈਨੂੰ ਗੋਲੀ ਵਾਲਾ ਪੱਤਾ ਲਿਆ ਦਿੰਦਾ, 2 ਮਿੰਟ ਚੱਲ ਤੂੰ ਖੇਡ ਜਾ। ਤੱਕ ਯਾਰ ਮੈਂ ਤੇਰੇ ਨਾਲ ਗੱਲ ਕਰਨੀ ਸੀ ਇੱਕ। ਦੱਸ। ਉਹ ਯਾਰ ਜਨਾਨੀਆਂ ਰੋਜ਼ ਮਗਰ ਪੈਂਦੀਆਂ ਨੇ ਕਿ ਉਹ ਜ਼ਮੀਨਾਂ ਦੀ ਗੱਲ ਕਰੋ, ਬਾਪੂ ਤੋਂ ਅੰਗੂਠਾ ਲਵਾਓ, ਜ਼ਮੀਨ ਬਾਰੇ ਗੱਲ ਕਰਨੀ ਤੇਰੇ ਨਾਲ ਯਾਰ। ਉਹ ਯਾਰ ਕਈ ਦਿਨਾਂ ਤੋਂ ਮੇਰੇ ਵੀ ਦਿਮਾਗ 'ਚ ਇਹ ਗੱਲ ਘੁੰਮ ਰਹੀ ਸੀ। ਮੈਂ ਕਹਿੰਦਾ ਕਿਉਂ ਨਾ ਫੌਜੀ ਦੇ ਆਉਣ ਤੋਂ ਪਹਿਲਾਂ ਆਪਾਂ ਬਾਪੂ ਦਾ ਅੰਗੂਠਾ ਨਾ ਲਵਾ ਲਈਏ। ਪਰ ਯਾਰ ਬਾਪੂ ਲਾ ਦੂਗਾ ਅੰਗੂਠਾ? ਐਵੇਂ ਕਿਵੇਂ ਨਹੀਂ ਲਾਊ? ਪਤਾ ਨਹੀਂ ਯਾਰ, ਮੈਨੂੰ ਨਹੀਂ ਲੱਗਦਾ ਕਿ ਬਾਪੂ ਅੰਗੂਠਾ ਲਾਊਗਾ। ਮੈਂ ਤੇਰੇ ਨਾਲ ਆ ਯਾਰ, ਘਬਰਾਉਣਾ ਕਾਤੇ? ਹੁਣ ਨਾਲੇ ਆ ਨੇਤਰੀ ਜਨਾਨੀ ਦੀ ਕੁੜਕੁੜ ਬੰਦ ਹੋਊ ਯਾਰ। ਪਤਾ ਨਹੀਂ ਯਾਰ, ਸਹੀ ਤਾਂ ਨਹੀਂ ਲੱਗਦਾ। ਉਹ ਸਭ ਠੀਕ ਆ, ਘਬਰਾ ਨਾ, ਅੱਜ ਦੀ ਰਾਤ ਕੱਢ, ਕੱਲ੍ਹ ਆਪਾਂ ਕੰਮ ਨੇਪਰੇ ਚੜ੍ਹਦੇ ਆ। ਚੱਲ ਠੀਕ ਆ, ਨਾਲੇ ਤੇਰਾ ਵੀ ਠੀਕ ਹੋ ਜੂਗਾ ਕੱਲ੍ਹ ਤੱਕ। ਬਿਲਕੁਲ ਠੀਕ ਆ, ਮੈਂ ਫਿਰ ਨਾਲੇ ਉਹਨੂੰ ਬੱਤਾ ਦਵਾ ਲਿਆਵਾਂ, ਬੈਠ ਠੀਕ ਆ। ਬੁੜਾ ਪਿਆ, ਅੰਗੂਠਾ ਲਵਾ ਲਈਏ ਇਸ ਵੇਲੇ। ਉਹ ਕਮਲਿਆ, ਇਸ ਵੇਲੇ ਸਾਰੇ ਪਿੰਡ ਦੇ ਲੋਕ ਸੁੱਤੇ ਪਏ ਆ, ਦੁਪਹਿਰ ਦਾ ਵੇਲਾ। ਹਾਂ ਚੁੱਕ ਕਾਗਜ਼ ਲੈਂਦੇ ਸਾਰੇ, ਸਾਰੇ ਕਾਗਜ਼ ਲੈ। ਚੱਲ ਬਾਪੂ ਜੀ। ਹਾਂਜੀ ਬਾਪੂ। ਹਾਂ ਹਾਂ ਬਾਪੂ ਜੀ, ਕੀ ਗੱਲ? ਉੱਠ ਕੇ ਬੈਠੋ ਮਾੜਾ ਜਿਹਾ। ਆਪਾਂ ਉੱਠੋ ਜੀ, ਉੱਠੋ, ਗੱਲ ਹੋ ਗਈ। ਉੱਠੋ ਤਾਂ ਸਹੀ, ਉੱਠੋ ਉੱਠੋ ਬਾਪੂ ਜੀ, ਉੱਠੋ। ਹਾਂ ਬਿਠਾਓ ਬਾਪੂ ਨੂੰ। ਬਾਪੂ ਆ ਜਾਓ, ਬੈਠੋ ਬੈਠੋ, ਆ ਜਾਓ ਬੱਲੇ ਬੱਲੇ ਬੱਲੇ, ਆ ਜਾਓ ਇਧਰ, ਲੱਤਾਂ ਘੋੜ ਦੇਣਾ ਲਿਆਓ ਬੱਲੇ ਬੱਲੇ। ਲੱਤਾਂ, ਮੇਰੀ ਲੱਤਾਂ ਨੂੰ ਕੁਛ ਨਹੀਂ ਰਹਿਣ ਦੋ। ਹੋਰ ਠੀਕ ਹੋ ਤੁਸੀਂ? ਠੀਕ ਆ ਮੈਂ। ਰੋਟੀ ਰੋਟੀ ਖਾ ਲਈ ਸੀ ਅੱਜ? ਖਾ ਲਈ ਰੋਟੀ। ਅੱਛਾ ਤੇ ਬਾਪੂ ਆ ਕਾ ਤਾਂ ਕਾਗਜ਼ ਚੱਕੀ ਫਿਰਦੇ ਹੋ, ਕਿਹੜੀ ਬੈਂਕ ਚ? ਉਹ ਇਹੀ ਤਾਂ ਗੱਲ ਕਰਨਾ ਸੀ ਤੇਰੇ ਨਾਲ ਬਾਪੂ, ਤੂੰ ਧਿਆਨ ਦਿੱਤਾ, ਇਹ ਨਾ ਪੈਨਸ਼ਨ ਲਵਾਣੀ ਹੈ ਤੇਰੀ। ਮੇਰੀ ਪੈਨਸ਼ਨ ਨਹੀਂ ਲੱਗ ਸਕਦੀ, ਮੇਰੇ ਨਾਲ ਜ਼ਮੀਨ ਆ, ਜ਼ਮੀਨ ਵਾਲਿਆਂ ਨੂੰ ਪੈਨਸ਼ਨ ਨਹੀਂ ਮਿਲਦੀ ਹੁੰਦੀ। ਮੈਂ ਪੈਨਸ਼ਨ ਤੋਂ ਕੀ ਲੈਣਾ, ਤੁਸੀਂ ਪੈਨਸ਼ਨ ਲਈ ਹੋ। ਉਹ ਬਾਪੂ ਜੀ ਇਹ 'ਚ ਜ਼ਮੀਨ ਦਾ ਕੋਈ ਲੈਣਾ ਦੇਣਾ ਨਹੀਂ, ਗਵਰਨਮੈਂਟ ਨੇ ਨਵਾਂ ਰੂਲ ਕੱਢਿਆ ਬਜ਼ੁਰਗਾਂ ਲਈ, ਕੱਟ ਤਾਂ ਕਿਸੇ ਦੀ ਨਹੀਂ ਲੱਗੀ। ਮੈਂ ਸਾਰਾ ਆ ਦੇਖੋ, ਆ ਦੇਖੋ ਇਹਦੇ ਵਿੱਚ ਸਾਰਾ ਕੁਝ ਲਿਖਿਆ, ਤੁਹਾਡਾ ਨਾਮ ਸਾਰਾ ਕੁਝ ਲਿਖਿਆ, ਆਪਣੀ ਜਗ੍ਹਾ ਦਾ ਨਾਮ ਰੱਖਿਆ, ਆਪਣੀ ਕਿੰਨੀ ਜ਼ਮੀਨ ਆ, ਸਾਰਾ ਕੁਝ ਪੁੱਛ ਗਿੱਛ ਕਰਕੇ ਉਹਨਾਂ ਨੇ ਕੀਤੀ ਹੈ ਗੱਲ। ਉਹ ਜ਼ਮੀਨ ਵਾਲੇ ਉਹ ਗਰੀਬਾਂ ਨੂੰ ਲੱਗਦੇ, ਜ਼ਮੀਨ ਵਾਲਿਆਂ ਨੂੰ ਪੈਨਸ਼ਨ ਨਹੀਂ ਲੱਗਦੀ ਹੈਗੀ। ਬਾਪੂ ਤੈਨੂੰ ਯਕੀਨ ਨਹੀਂ ਛੱਡਦੇ? ਉਹ ਕਿਹੜਾ ਮਾਂ ਪਿਓ ਇਹ ਹੁੰਦਾ ਜਿਹਨੂੰ ਆਪਦੀ ਲਾਤ 'ਤੇ ਯਕੀਨ ਨਾ ਹੋਵੇ? ਬਸ ਫਿਰ ਲਾ ਦੇ ਅੰਗੂਠਾ। ਅੰਗੂਠਾ ਹੈ ਕੀ ਜੀ, ਮੈਨੂੰ ਦੱਸਤਾ ਸੀ ਇਹ। ਉਹ ਬਾਪੂ ਅੰਗੂਠਾ ਲਾ ਅੰਗੂਠਾ। ਮੈਂ ਨਹੀਂ ਲਾਉਣਾ ਅੰਗੂਠਾ। ਬਾਪੂ ਲਾ ਅੰਗੂਠਾ। ਨਾ ਮੈਂ ਨਹੀਂ ਅੰਗੂਠਾ ਲਾਉਣਾ। ਉਹ ਬੁੜਦਾ ਨਹੀਂ ਬੁੜਿਆ, ਲਾ।
ਨਾ ਮੈਂ ਨਹੀਂ ਲਾਉਣਾ ਗੁੱਠਾ, ਮੈਂ ਤਾਂ ਫੌਜੀ ਦੇ ਆਏ ਤੇ ਲਾਉਂ ਗੁੱਠਾ। ਨਹੀਂ ਲਾਉਣਾ ਗੁੱਠਾ, ਨਾ ਲਾਉਣਾ, ਲਾਉਣਾ ਨਹੀਂ, ਮੈਂ ਨਹੀਂ ਲਾਉਣਾ ਗੁੱਠਾ, ਨਹੀਂ ਲਾਉਣਾ ਮੈਂ। ਇੱਕ ਨਿਸ਼ਾਨ ਨੂੰ ਹੱਥ ਮਾਰ ਨਹੀਂ ਕਰਨ ਦੇਣੀ ਮੈਂ ਗੁੱਠਾ ਲਾ ਬੁੜਿਆ, ਮੈਂ ਨਹੀਂ ਲਾਉਣਾ ਗੁੱਠਾ। ਇੱਕ ਨਿਸ਼ਾਨ ਨੂੰ ਹੱਥ ਮਾਰ ਨਹੀਂ ਕਰਨ ਦੇਣੀ ਮੈਂ ਗੁੱਠਾ ਲਾ ਬੁੜਿਆ, ਮੈਂ ਨਹੀਂ ਲਾਉਣਾ ਗੁੱਠਾ, ਗੁੱਠਾ ਲਾ ਬੁੜਿਆ, ਮੈਂ ਨਹੀਂ ਲਾਉਣਾ ਗੁੱਠਾ। ਹੱਥ ਮਾਰ ਨਹੀਂ ਕਰਨ ਦੇਣੀ ਮੈਂ ਡੈਡੀ ਹੁਣੇ ਦਾਦੂ ਨੂੰ ਕੁੱਟੀ ਜਾਂਦੇ ਆ। ਚੱਲ ਪੁੱਤ ਚਲੀਏ ਜਲਦੀ ਕਰ। ਆਪਣਾ ਕੰਮ ਕਰ। ਉਹ ਠੀਕ ਆ ਵੀਰੇ, ਤੁਸੀਂ ਬਜ਼ੁਰਗ ਨਾਲ ਇੰਨਾ ਧੱਕਾ ਕਿਉਂ ਕਰਦੇ ਹੋ? ਜੇ ਤੁਹਾਡਾ ਕੋਈ ਘਰੇਲੂ ਮਾਮਲਾ ਤਾਂ ਬੈਠ ਕੇ ਸੁਲਝਾ ਲਓ। ਉਹ ਸਾਡਾ ਘਰੇਲੂ ਮਾਮਲਾ ਤੇ ਸ਼ਰੀਕਾਂ ਦੇ ਚ ਕੋਈ ਕੰਮ ਨਹੀਂ। ਅੱਛਾ, ਹੁਣ ਮੈਂ ਸ਼ਰੀਕ ਹੋ ਗਿਆ। ਉਹ ਦਿਨ ਯਾਦ ਕਰ ਜਦੋਂ ਲੰਬੜਾਂ ਦੀ ਵੱਟ ਨਾਲ ਰੌਲਾ ਸੀ ਤੁਹਾਡਾ, ਤਾਂ ਤੇਰੀ ਧੌਣ 'ਤੇ ਗੋਡਾ ਰੱਖਿਆ ਸੀ ਲੰਬੜਾਂ ਦੇ ਮੁੰਡੇ ਨੇ, ਤਾਂ ਤੈਨੂੰ ਮੈਂ ਬਚਾਇਆ ਸੀ। ਜੇ ਤੈਨੂੰ ਮੈਂ ਨਾ ਬਚਾਉਂਦਾ ਨਾ, ਅੱਜ ਤੂੰ ਇੱਥੇ ਨਾ ਹੁੰਦਾ। ਉਹ ਚੱਲ ਚੱਲ ਦਫਾ ਹੋ, ਕਿਹੜੀ ਗੱਲ ਕਰਦਾ ਤੂੰ? ਕੁਛ ਵੀ ਆ, ਬਸ ਸਾਡੇ ਘਰ ਦਾ ਮਾਮਲਾ ਦੀ ਤਾਂ ਕਰੇ ਆ, ਇਹਨੂੰ ਇਹ ਵੀ ਤੁਹਾਡਾ ਭਾਈ ਆ। ਤੁਸੀਂ ਦੋ ਵਕਤ ਦੀ ਰੋਟੀ ਨਹੀਂ ਦੇ ਸਕਦੇ ਉਹਨੂੰ? ਕਿਹੜੀ ਜ਼ਮੀਨ ਦੀ ਗੱਲ ਕਰਦੇ ਹੋ ਤੁਸੀਂ? ਜ਼ਮੀਨ ਤੁਸੀਂ ਖੁਦ ਬਣਾਈ ਆ? ਜੇ ਤੁਸੀਂ ਖੁਦ ਜ਼ਮੀਨ ਬਣਾਈ ਹੁੰਦੀ ਆ ਨਾ, ਤੁਹਾਨੂੰ ਪਤਾ ਲੱਗਦਾ ਕਿੱਦਾਂ ਜ਼ਮੀਨਾਂ ਬਣਦੀਆਂ ਨੇ। ਉਹਨੇ ਪੁੱਤਾਂ ਵਾਂਗੂ ਪਾਲੀ ਆ ਜ਼ਮੀਨ। ਤੂੰ ਦਫਾ ਹੋ, ਤੂੰ ਚੱਲ। ਉਹ ਜਿਵੇਂ ਬਾਪੂ ਕਹੂਗਾ, ਮੈਂ ਤਾਂ ਜਿੰਨਾ ਤੱਕ ਬਾਪੂ ਨਹੀਂ ਕਹਿੰਦਾ ਮੈਂ ਨਹੀਂ ਜਾਂਦਾ। ਮੈਂ ਤੇਰੇ ਸਿਰ ਤੇ ਚੱਕ ਲਈ ਜਾਣੀ ਜ਼ਮੀਨ, ਤੁਹਾਨੂੰ ਦੇਣੀ ਆ। ਯਾਰ ਤੂੰ ਸਾਨੂੰ ਗੁੱਠਾ ਲਾਉਣ ਦੇ, ਤੂੰ ਜਾ ਠੀਕ ਆ, ਆਪਦਾ ਕੰਮ ਕਰ। ਬਾਪੂ ਤੂੰ ਲਵਾ ਗੁੱਠਾ, ਆਇਆ ਨਹੀਂ ਕਹਿੰਦਾ ਮੈਂ ਨਹੀਂ ਜਾਂਦਾ। ਲਵਾ ਯਾਰ ਤੂੰ ਗੁੱਠਾ, ਲਵਾ, ਇੱਥੇ ਰਹੂਗਾ ਬਾਪੂ। ਗੁੱਠਾ ਲਾ, ਮੈਂ ਨਹੀਂ ਲਾਉਣਾ ਗੁੱਠਾ। ਮੈਂ ਜਿੰਨਾ ਤੱਕ ਖੜਾ ਮੈਂ ਗੁੱਠਾ ਨਹੀਂ ਲਾਉਣ ਦਿੰਦਾ। ਗੱਲ ਸੁਣ ਬਾਪੂ, ਜਾਂ ਤਾਂ ਤੂੰ ਗੁੱਠਾ ਲਾ ਦੇ, ਜਾਂ ਫਿਰ ਉਹ ਸਾਹਮਣੇ ਦੇਖਦਾ ਨਾ ਗੇਟ, ਬਾਹਰ ਹੋ ਜਾ। ਚਲੋ ਭਾਈ ਚਲੇ ਜਾਂਦੇ ਹਾਂ, ਸ਼ਰੀਕਾਂ ਦੇ ਰਹਾਂਗੇ, ਤੁਹਾਨੂੰ ਪਤਾ ਲੱਗ ਜੂ ਵੀ ਹਾਂ ਸ਼ਰੀਕ ਉਹ ਪੁੱਤਾ ਮੇਰਾ ਕਿ ਤੁਸੀਂ ਆ। ਨਹੀਂ ਇਹ ਥੋੜੋ ਗੱਲ ਹੋਈ ਬਾਪੂ, ਗੁੱਠਾ ਤਾਂ ਲਾ ਨਾ, ਗੁੱਠਾ ਲਾ ਕੇ ਗੁੱਠਾ ਤਾਂ ਲਾ ਕੇ ਜਾਣਾ ਪੈਣਾ ਬੁੜਿਆ। ਜੇ ਤੁਹਾਨੂੰ ਜ਼ਮੀਨ ਹੀ ਪਿਆਰੀ ਹੈ ਕਿ ਨਾ, ਮੈਂ ਨਹੀਂ, ਗੁੱਠਾ ਲਵਾ ਲਓ। ਚੱਲ ਵੀ ਸੋਚਦਾ, ਕੰਮ ਹੋ ਗਿਆ ਆਪਣਾ, ਚੱਲ ਚੱਲੀਏ। ਪਾਪਾ ਜੀ। ਹਾਂ ਪੁੱਤ। ਜਿਵੇਂ ਤੁਸੀਂ ਦਾਦੂ ਨੂੰ ਹੈ ਨਾ ਬਾਹਰ ਕੱਢਿਆ, ਉਵੇਂ ਸਾਰੇ ਹੀ ਇੱਦਾਂ ਕਰ, ਮੈਂ ਵੀ ਐਵੇਂ ਕਰੂੰਗਾ। ਨਹੀਂ ਪੁੱਤ, ਤੈਨੂੰ ਕਿਹਨੇ ਕਹੀ ਗੱਲ ਇਹ? ਦਾਦੂ ਨੂੰ ਆਪਾਂ ਥੋੜ੍ਹਾ ਬਾਹਰ ਕੱਢਿਆ ਪੁੱਤ, ਆਪਾਂ ਦਾਦੂ ਨੂੰ ਲੈ ਆਉਣਾ ਹੁਣੀ, ਠੀਕ ਆ? ਇੱਦਾਂ ਦੀ ਗੱਲ ਨਹੀਂ ਕਰੀ ਜਾਂਦੀ, ਠੀਕ ਆ? ਚੱਲ ਮੇਰਾ ਪੁੱਤ ਖੇਡ, ਚੱਲ ਚੱਲ। ਜਿਵੇਂ ਤੁਸੀਂ ਦਾਦੂ ਨੂੰ ਬਾਹਰ ਕੱਢਿਆ, ਉਵੇਂ ਸਾਰੇ ਹੀ ਇੱਦਾਂ ਕਰ, ਮੈਂ ਵੀ ਐਵੇਂ ਕਰੂੰਗਾ। ਸੁੱਚੇ ਯਾਰ, ਮੈਂ ਤੇਰੇ ਨਾਲ ਗੱਲ ਕਰਨੀ ਸੀ ਇੱਕ। ਯਾਰ ਬੋਲ ਯਾਰ, ਤੈਨੂੰ ਨਹੀਂ ਲੱਗਦਾ ਕਿ ਆਪਾਂ ਬਾਪੂ ਨੂੰ ਘਰੋਂ ਕੱਢ ਕੇ ਬਹੁਤ ਗਲਤ ਕੀਤਾ? ਤੇਰੇ ਦਿਮਾਗ 'ਚ ਗੱਲ ਕਿਵੇਂ ਆਈ? ਯਾਰ ਅੱਜ ਮੇਰੇ ਮੁੰਡੇ ਨੇ ਮੈਨੂੰ ਇਹ ਗੱਲ ਕਹੀ ਕਿ ਡੈਡੀ ਮੈਂ ਕਦੋਂ ਵੱਡਾ ਹੋਊਂਗਾ ਅਤੇ ਤੁਹਾਨੂੰ ਘਰੋਂ ਕੱਢੂੰਗਾ, ਇੱਦਾਂ ਮੇਰਾ ਦਿਮਾਗ ਹਿੱਲ ਗਿਆ ਯਾਰ ਇਹ ਗੱਲ ਸੋਚ ਕੇ। ਯਾਰ ਉਹ ਪਿਓ ਆ ਯਾਰ, ਉਹਨੇ ਆਪਾਂ ਨੂੰ ਛੋਟੇ ਹੁੰਦੇ ਤੋਂ ਲੈ ਕੇ ਪੜ੍ਹਾਇਆ, ਲਿਖਾਇਆ, ਖਵਾਇਆ, ਸਾਰਾ ਕੁਝ ਕੀਤਾ ਯਾਰ, ਅਤੇ ਆਪਾਂ ਉਹਨੂੰ ਕੀ ਸਲਾਹ ਦਿੱਤਾ, ਘਰੋਂ ਕੱਢਤਾ।
बहुत गलत किया यार मैनू लगे इदा तेनू की लग्या मैनू नहीं पता यार जे तेनू इन्ना बुरा लग्या तो बापू नू भी इन्ना बुरा लग्या होगा जो आपा किया बापू नाल बहुत गलत हो गया यार बहुत बड़ी गलती कर ली आपा नू बापू नू लेके आना चाहिए यार सही गल यार बापू नू पर लेके आई बहुत बड़ी गलती हो गई अपने सुनो गल ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਪਏ ਹੋ ਤੁਸੀਂ ਹੁਣ ਤਾਂ ਆਪਣੇ ਖੁਸ਼ ਰਹਿਣ ਦੇ ਦਿਨ ਆਏ ਆ ਤੇ ਹੁਣ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਪਏ ਹੋ ਉਹ ਤੂੰ ਚੁੱਪ ਕਰ ਸਮਝੀ ਇਹ ਸਭ ਕੁਝ ਤੇਰੇ ਕਰਕੇ ਹੋਇਆ ਜੋ ਤੂੰ ਡਰਾਮੇ ਕੀਤੇ ਨਾ ਤੇਰੇ ਡਰਾਮਿਆਂ ਕਰਕੇ ਅੱਜ ਪਿਓ ਸਾਡਾ ਘਰੋਂ ਬਾਹਰ ਆ ਠੀਕ ਤਾਂ ਕਹਿੰਦੀ ਪਈ ਦੀਦੀ ਚੁੱਪ ਕਰ ਤੂੰ ਵੀ ਘੱਟ ਨਹੀਂ ਆ ਤੇਰੇ ਕਰਕੇ ਸ਼ਰੀਕਾਂ ਸਾਡੀ ਥੂ ਥੂ ਹੋਈ ਪਈ ਆ ਹੋਰ ਕੀ ਚੱਲ ਯਾਰ ਇਹਨਾਂ ਨੂੰ ਛੱਡ ਤੂੰ ਇਹ ਰਹਿੰਦੀਆਂ ਰਹਿਣ ਘਰੇ ਨਹੀਂ ਰਹਿੰਦੀਆਂ ਨਾ ਰਹਿਣ ਸਾਡਾ ਬਾਪੂ ਘਰੇ ਆਊਗਾ ਤੁਸੀਂ ਲੈਣ ਚੱਲੇ ਆ ਸਾਡਾ ਪਿਓ ਘਰੇ ਰਹੂਗਾ ਤੁਸੀਂ ਰਹਿਣਾ ਰਹੋ ਨਹੀਂ ਤਾਂ ਨਾ ਸੀ ਠੀਕ ਆ ਭੈਣੇ ਆਪਾਂ ਜੋ ਕੀਤਾ ਉਹ ਗਲਤ ਕੀਤਾ ਜੇ ਕੋਈ ਸਾਡੇ ਮਾਂ ਬਾਪ ਦੇ ਨਾਲ ਇੱਦਾਂ ਕਰਦਾ ਤਾਂ ਕੀ ਸਾਨੂੰ ਚੰਗਾ ਲੱਗਦਾ ਉਹ ਤਾਇਆ ਦਿਮਾਗ ਦੇ ਜ਼ਿਆਦਾ ਲੋਡ ਨਾ ਪਾਈ ਇਹ ਵੀ ਆਪਣਾ ਹੀ ਘਰ ਆ ਉਹ ਤਾਂ ਆਪਣਾ ਕਰਕੇ ਤਾਇਆ ਲੋਡ ਕਾਹਦਾ ਤੇ ਖਾਣਾ ਪੀਣਾ ਦੱਸ ਕੀ ਆ ਹੁਣ ਸਬਜ਼ੀ ਸੁਬਜ਼ੀ ਕੀ ਬਣਾਈਏ ਜੋ ਬਣਾਵਾਂਗੇ ਆਪਾਂ ਉਹੀ ਖਾ ਲਾਂਗੇ ਆਪਾਂ ਨਹੀਂ ਕੋਈ ਪੈਸਣ ਪੂਛਣ ਕਰਦੇ ਜਿਹੜੀ ਚੀਜ਼ ਮਿਲ ਗਈ ਉਹੀ ਖਾ ਲਈਦੀ ਆ ਕੀ ਖਾਦੇ ਮੈਂ ਤਾਂ ਕਹਿੰਦਾ ਐਵੇਂ ਦਿਮਾਗ 'ਤੇ ਲੋਡ ਨਾ ਪਾਈ ਵਾਲਾ ਨਾ ਨਾ ਤੇਰੇ ਹੁੰਦੇ ਕੋਈ ਲੋਡ ਨਹੀਂ ਹਾਂ ਬਸ ਕੋਈ ਨਹੀਂ ਘਰਾਂ 'ਚ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਚੱਲ ਜੇ ਉਹ ਕਮਲੇ ਨੇ ਆਪਾਂ ਤਾਂ ਉਹ ਭੱਜਿਆ ਪੁੱਤ ਯਾਦ ਆ ਗਈ ਦਾਦੇ ਦੀ ਇਕੱਲਾ ਹੀ ਨਹੀਂ ਆਇਆ ਬਾਪੂ ਅਸੀਂ ਵੀ ਆਏ ਹਾਂ ਉਹ ਆ ਵੀ ਜਾਗਰਾ ਗਲਤੀ ਹੋ ਗਈ ਬਾਪੂ ਸਾਡੇ ਤੋਂ ਬਾਪੂ ਗਲਤੀ ਹੋ ਗਈ ਅਸੀਂ ਥੋੜਾ ਲਾਲਚ ਕਰ ਗਏ ਜ਼ਮੀਨ ਦਾ ਸਾਨੂੰ ਨਹੀਂ ਪਤਾ ਵੀ ਜ਼ਮੀਨ ਨਾਲੋਂ ਪਿਓ ਸਭ ਤੋਂ ਇੰਪੋਰਟੈਂਟ ਹੁੰਦੇ ਆ ਬਾਪੂ ਸਾਨੂੰ ਪਿਓ ਚਾਹੀਦਾ ਸਾਨੂੰ ਜ਼ਮੀਨ ਨਹੀਂ ਚਾਹੀਦੀ ਆ ਚੱਕ ਜ਼ਮੀਨ ਉਹ ਜ਼ਮੀਨ ਮੈਂ ਸਿਰ ਤੇ ਚੱਕ ਕੇ ਲਿਜਾਣੀ ਹੈ ਛੋਟੀ ਹੋਈ ਹੈ ਛੋਟੇ ਕੋਈ ਰਹਿਣੀ ਹੈ ਸਾਨੂੰ ਨਹੀਂ ਚਾਹੀਦੀ ਜ਼ਮੀਨ ਮੈਨੂੰ ਤਾਂ ਨਹੀਂ ਚਾਹੀਦੀ ਬਾਪੂ ਜੀ ਸਾਡੇ ਕੋਲ ਬਹੁਤ ਵੱਡੀ ਗਲਤੀ ਹੋ ਗਈ ਹੈ ਸਾਨੂੰ ਮਾਫ਼ ਕਰ ਦਿਓ ਸਾਨੂੰ ਬਾਪੂ ਚਾਹੀਦਾ ਅਸੀਂ ਜ਼ਮੀਨਾਂ ਤੋਂ ਕੁਛ ਨਹੀਂ ਲੈਣਾ ਚੱਕ ਬਾਪੂ ਸਾਨੂੰ ਕਹਾ ਕੇ ਚਲੋ ਘਰੇ ਚਲੋ ਬਾਪੂ ਚੱਲ ਬਾਪੂ ਘਰ ਚੱਲ ਚੱਲ ਕੋਈ ਗੱਲ ਨਹੀਂ ਜੱਗੇ ਬਹੁਤ ਬਹੁਤ ਸ਼ੁਕਰੀਆ ਵੀਰੇ ਤੇਰਾ ਬਹੁਤ ਬਹੁਤ ਧੰਨਵਾਦ ਵੀਰ ਤੇਰਾ ਗਲਤੀ ਹੋ ਗਈ ਸਾਡੇ ਤੋਂ ਯਾਰ ਬਹੁਤ ਵਧੀਆ ਮਿਲਦੇ ਵੀ ਖੁਸ਼ੀ ਹੋਈ ਤੁਸੀਂ ਆਪਣੇ ਬਾਪੂ ਨੂੰ ਘਰੇ ਲੈ ਗਏ ਚਲੋ ਸਾਰੇ ਜਾਣੇ ਚਲੋ ਬਾਪੂ ਚਲੋ ਸ਼ੁਕਰ ਆ ਰੱਬਾ ਮੇਰੇ ਭਰਾਵਾਂ ਨੂੰ ਵੀ ਅਕਲ ਆਈ ਜੇ ਸਾਰੇ ਪੁੱਤ ਇੱਦਾਂ ਦੇ ਹੋ ਜਾਣ ਤਾਂ ਇਹ ਜਿਹੜੇ ਬਿਰਧ ਆਸ਼ਰਮ ਬਣੇ ਆ ਤਾਂ ਉਹਨਾਂ ਦੀ ਲੋੜ ਹੀ ਨਾ ਪਵੇ ਬਹੁਤ ਬਹੁਤ ਧੰਨਵਾਦ ਦਾਤਿਆ ਸ਼ੁਕਰ ਆ ਇੱਦਾਂ ਹੀ ਮਿਹਰ ਰੱਖੀ ਦਾਤਿਆ